ਮਹਾਰਾਜ ਸੂਰਮਿਆਂ ਨੇ ਪੰਜਾਬ ਨੂੰ ਬਹੁਤ ਵੱਡੀ ਲੇਡ ਹੈ। ਆਪ ਜੀ ਨੂੰ ਪਤਾ ਹੈ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ, ਸ੍ਰੀ ਅਕਾਲ ਤਖ਼ਤ ਨੂੰ ਡੈਗਰ ਵੀ ਕੀਤਾ। ਇਸ ਮਹਾਨ ਜਰਨੈਲ ਦੁਆਰਾ ਸ੍ਰੀ ਬਟਵਾ ਸਾਹਿਬ ਨੇ ਬਹੁਤ ਲੰਮਾ ਸਮਾਂ ਜੇਲ੍ਹ ਕੱਢੀ। ਇਹ ਸਾਰੇ ਚੱਲੇ ਹੋਏ ਕਾਰਤੂਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਤੇ ਖਲੋਤੇ ਨੇ, ਇਸ ਕਰਕੇ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਕੇ ਬਟਵਾ ਸਾਹਿਬ ਨੂੰ ਬੜੇ ਵੱਡੇ ਮਾਣ ਦੀ ਦੇਣ ਲਾਇਆ ਜਾਵੇ। ਇਹ ਗੱਲਾਂ ਕਰਦਾ ਜਿੰਮਾ ਦਾ ਜੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ। ਇਹਨੂੰ ਮੈਂ ਕੌਮ ਦੀ ਖੁਸ਼ਕਿਸਮਤੀ ਕਹਾਂਗੇ, ਬਦ ਕਿਸਮਤੀ ਕਹਾਂਗੇ। ਇਸ ਭੈਣ ਦਾ ਸਿਰ ਦਾ ਸਾਈਂ ਕਾਕਾ ਚੁੱਪ ਕਰਕੇ ਸਾਡੀ ਇਸ ਭੈਣ ਦਾ ਸਿਰ ਦਾ ਸਾਈਂ ਸਾਡਾ ਵੀਰ 34 ਸਾਲ ਤੋਂ ਜੇਲ੍ਹ ਚ ਬੰਦਾ ਭਾਈ ਗੁਰਦੀਪ ਸਿੰਘ ਹੈਗਾ, ਅੱਜ ਅਮਰਪੁਰ ਖੇੜੇ ਤੋਂ। ਸਾਨੂੰ ਪਤਾ ਹੀ ਜੇ ਮੂੰਹ ਤੇ ਅੱਜ ਰੋਹਾਨਗੀ ਇਸ ਕਰਕੇ ਕਿ ਅਸੀਂ ਪੰਥ ਦੀ ਖਾਤਰ ਕੁਰਬਾਨੀ ਕਰਦੇ, ਪਰ ਪੰਥ ਨੂੰ ਪਤਾ ਹੀ ਨਹੀਂ, ਪੰਥ ਨੂੰ ਚੇਤਾ ਹੀ ਨਹੀਂ ਕਿ ਬੀਬੀ ਕਿਹੜੇ ਹਾਲਾਤਾਂ 'ਚ ਰਹਿੰਦੀ ਹੈ। ਜਿਹੜੇ ਅਮਰੀਕਾ 'ਚ ਤੁਰੇ ਫਿਰਦੇ ਹੈ, ਜਿਹੜੇ ਕਹਿੰਦੇ ਆ ਕਿ ਅਸੀਂ ਪੰਥ ਹੈ, ਤੇ ਤੁਸਾਂ ਕੀ ਦੇਖਿਆ ਹੋਣਾ ਇਹਨਾਂ ਚੋਂ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਸੀ ਕਾਂਗਰਸ ਪਾਰਟੀ ਜਿੰਦਾਬਾਦ, ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ, ਗਾਂਧੀ ਪਰਿਵਾਰ ਜਿੰਦਾਬਾਦ। ਮੇਰਾ ਸਵਾਲ ਹੈ ਇਹਨਾਂ ਲੋਕਾਂ ਨੂੰ ਕਿ ਤੁਸੀਂ ਕਿਵੇਂ ਪੰਥਕ ਹੋ ਸਕਦੇ ਜੇ ਮੇਰੇ ਕੱਲ ਤੱਕ ਕਾਂਗਰਸ ਪਾਰਟੀ ਦੇ ਗਾਂਧੀ ਪਰਿਵਾਰ ਦੀ ਜਿੰਦਾਬਾਦ ਕਰਦੇ ਸੀਗੇ, ਅੱਜ ਤੁਸੀਂ ਪੰਥ ਦੀ ਗੱਲ ਕਰਦੇ, ਤੁਹਾਨੂੰ ਕੋਈ ਅਧਿਕਾਰ ਨਹੀਂ। ਔਰ 2.5 ਸਾਲ ਪਹਿਲਾਂ ਇਹੀ ਲੋਕ ਕੇਜਰੀਵਾਲ ਕੇਜਰੀਵਾਲ ਅਸੀਂ ਸਾਰੇ ਤੇਰੇ ਨਾਲ, ਇਹੀ ਲੋਕ ਸੀ। ਔਰ ਪੰਜਾਬ ਦੀ ਸ਼ਕਤੀ ਨੂੰ ਸਿੱਖਿਆ ਨੂੰ ਲਵਾ ਕੇ ਬਣਵੇ ਸੀ ਤਾਂ ਪੰਜਾਬ ਦੀ ਧਰਤੀ ਤੋਂ ਪੰਜਾਬ ਰੋਧੀ ਉਸ ਮਨੁੱਖ ਨੂੰ ਕੇਜਰੀਵਾਲ ਦੀ ਝੋਲੀ ਵਿੱਚ ਪਾ ਦਿੱਤੀਆਂ ਤੇ ਕਹਿੰਦੇ ਅਸੀਂ ਪੰਥ ਕਰ। ਮੈਂ ਕਿਸੇ ਦੇ ਉੱਤੇ ਇਲਜ਼ਾਮ ਤਰਾਸ਼ੀ ਨਹੀਂ ਕਰ ਰਿਹਾ, ਮੈਂ ਇੱਕੋ ਸਵਾਲ ਇਸ ਇਲੈਕਸ਼ਨ 'ਚ ਉਠਾਇਆ ਸੀ, ਆਪਣੇ ਆਪ ਨੂੰ ਪੰਥਕ ਹੋਣ ਵਾਲੇ ਲੋਕ ਇੱਕ ਗੱਲ ਦਾ ਜਵਾਬ ਦੇ ਦੇਣ ਕਿ ਇਸ ਚੋਣ ਦੇ ਵਿੱਚ ਉਹਨਾਂ ਦੇ ਨਾਲ ਆਰਐਸਐਸ ਦਾ ਕੀ ਸੰਬੰਧ ਹੈ। ਆਰਐਸਐਸ ਜਿਹੜੀ ਪੰਥ ਤੇ ਪੰਜਾਬ ਦੀ ਇੱਕ ਵਿਰੋਧੀ ਸ਼ਕਤੀ ਹੈ, ਜੋ ਸਾਡੇ ਪੰਥਕ ਹੋਣ ਵਾਲੇ ਲੋਕਾਂ ਦੇ ਮਗਰ ਖੜਕੇ ਨਹੀਂ ਸਾਹਮਣੇ ਆ ਕੇ ਐਲਾਨ ਕਰਦੀ ਹੈ ਕਿ ਫਲਾਣਾ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੇਗਾ। ਸਾਨੂੰ ਜਵਾਬ ਦੇ ਦਿਓ ਕਿ ਆਰਐਸਐਸ ਕਿਉਂ ਐਲਾਨ ਕਰਦੀ ਹੈ, ਆਰਐਸਐਸ ਦਾ ਕਨੈਕਸ਼ਨ ਕੀ ਹੈ। ਉਹ ਸਾਡੇ ਲੰਘੋ ਤੇ ਪਤਾ ਨਹੀਂ ਕਦੀ ਆਰਐਸਐਸ ਸੁਖੇ ਸਿੱਧੀ ਲੰਘ ਜੇ,
ਤੇ 37 ਸਵਾਰ ਖੜੇ ਕਰਦੇ ਜੇ ਤੇ ਤੁਸੀਂ ਆਰ ਐਸ ਐਸ ਨਾਲ ਵੀ ਸਾਂਝਾ ਪਾ ਕੇ ਆਪਣੇ ਆਪ ਨੂੰ ਪੰਥਕ ਕਹੋਗੇ ਜੀ। ਮੈਂ ਸੱਦਾ ਕਰਦੇ ਹੋਏ ਮੈਦਾਨ ਛੱਡ ਦਿੰਦਾ, ਕੋਈ ਨੀ ਆਇਆ, ਕੋਈ ਨੀ ਆਇਆ। ਔਰ ਇੱਕ ਬੰਦਾ ਆਇਆ ਕਿ ਕਹਿੰਦਾ ਕਿ ਮੈਨੂੰ ਚੈਲੇਂਜ ਕਬੂਲ ਹੈ। ਕੌਣ ਆਇਆ? ਦਰਸ਼ਕ ਸਿੰਘ ਬਰਾੜ, ਜੋ ਕਾਂਗਰਸੀ ਐਮ ਐਲ ਏ ਹੈ, ਉਹਦਾ ਲੜਕਾ ਸਾਹਮਣੇ ਆਇਆ ਕਿ ਮੈਂ ਬਿਰਸਾ ਸਿੰਘ ਚੌਹਾਨਾ ਬਹਿਸ ਕਰਨਾ। ਮੈਂ ਕਿਹਾ ਜੀ ਸਦਕੇ ਆ, ਪਰ ਪਰਿਵਾਰ ਦੀ ਤੇ ਉਹਨਾਂ ਦੀ ਟੀਮ ਦੀ ਮੋਹਰ ਲਵਾ ਕੇ ਆ। ਅੱਜ ਉਹ ਪ੍ਰਚਾਰ ਕਰਦੇ ਹੁੰਦੇ ਜਿਹੜੇ ਇੰਦਰਾ ਗਾਂਧੀ ਜਿੰਦਾਬਾਦ ਕਹਿੰਦੇ, ਤੇ ਅੱਜ ਉਹ ਵੱਡੇ ਪੰਥਕਾਂ ਦਾ ਪ੍ਰਚਾਰ ਕਰਦੇ ਫਿਰਦੇ। ਤੇ ਮੈਂ ਕਿਹਾ ਕਿ ਪੇਕਿਆਂ ਨਾ ਉਸ ਕਰੇ ਆਰ ਐਸ ਐਸ, ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਜੁਝਾਰੂ ਵਰਕਰ ਆ ਉਹਨਾਂ ਨੇ ਕਮਰ ਕੱਸੇ ਕਰ ਲਿਆ ਸਰਦਾਰ ਵਿਰਸਾ ਸਿੰਘ ਵਲਟੋਆ ਲਈ। ਦਿਨ ਰਾਤ ਮਿਹਨਤ ਕਰਨਗੇ, ਤਗੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਵੋਟਾਂ ਕਹਿਣਗੇ ਅਤੇ ਤਗੜੇ ਹੋ ਕੇ ਵੋਟਾਂ ਪਾਉਣਗੇ। ਘਰੋਂ ਘਰੀ ਜਾ ਕੇ ਹੁਣ ਮੋਰਚਾ ਸੰਭਾਲਣ ਲੱਗੇ ਆ ਜੀ। ਦੇਖੋ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਸ਼ੁਰੂ ਤੋਂ ਮੁੱਦਾ ਰਿਹਾ ਵਾ ਬੰਦੀ ਸਿੰਘਾਂ ਦੀ ਰਿਹਾਈ ਦੀ, ਪੰਜਾਬ ਦੀ ਬਿਹਤਰੀ ਵਾਸਤੇ। ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਾਸਤੇ ਲੜਦਾ ਰਿਹਾ, ਬਿਹਤਰੀ ਲੜਦਾ ਰਿਹਾ। ਜਿਹੜਾ ਕੋਈ ਵੀ ਅੱਜ ਜਿਹੜੀ ਸਟੇਟ 'ਚ ਕੋਈ ਹੋਰ ਕਿਸੇ ਪਾਰਟੀ ਕੋਈ ਬਿਨਾਂ ਮੁੱਦੇ ਤੋਂ ਇਲੈਕਸ਼ਨ ਲੜਦੇ ਪਏ ਆ, ਸਿਰਫ ਇੱਕ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਬੰਦੀ ਸਿੰਘਾਂ ਵਾਸਤੇ, ਪੰਜਾਬ ਵਾਸਤੇ, ਪੰਜਾਬ ਦੇ ਹਿੱਤਾਂ ਵਾਸਤੇ ਲੜਨ ਰਿਹਾ। ਇਹੀ ਉਹਨਾਂ ਦਾ ਸਾਡਾ ਮੇਨ ਮੁੱਦਾ ਵਾ ਜੀ, ਇਹੀ ਘਰ ਘਰ ਲੈ ਕੇ ਜਾ ਰਹੇ ਹਾਂ। ਜਿੱਤਾਂਗੇ ਜੀ, ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਝੂਲਣਗੇ, ਤਗੜੇ ਹੋ ਕੇ ਵਲਟੋਲਾ ਸਾਹਿਬ ਨੂੰ ਉੱਥੋਂ ਅਸੀਂ ਜਿਤਾਵਾਂਗੇ ਜੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
ਨੇਤਾ ਸੁਖਬੀਰ ਸਿੰਘ ਜੀ ਬਾਦਲ ਇਸ ਹਲਕੇ ਤੋਂ ਇਸ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਨੌਜਵਾਨ ਸਰਦਾਰ ਸਤਿੰਦਰਜੀਤ ਸਿੰਘ ਜੀ ਛੱਜਲੀ ਵੱਡੇ ਸਾਡੇ ਸਾਬਕਾ MLA ਸਰਦਾਰ ਰਣਜੀਤ ਸਿੰਘ ਜੀ ਛੱਜਲੀ ਵੱਡੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਅਮਰਜੀਤ ਸਿੰਘ ਜੀ ਬਡਾਲਾ ਹੋਰ ਆਗੂ ਅਫਸਰ ਕਿ ਬਚ ਜਾਓ ਪੰਜਾਬੀਓ, ਬਚ ਜਾਓ ਸਿੱਖੋ। ਬੜਾ ਵੱਡਾ ਧੋਖਾ ਚੱਲ ਰਿਹਾ, ਬੜੀ ਵੱਡੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਥ ਨੂੰ, ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਅਸੀਂ ਬੈਠੇ ਹਾਂ, ਤੁਸੀਂ ਬੈਠੇ ਜੇ ਜਿਹੜੇ ਪੰਥ ਦੇ ਪੰਜਾਬ ਦੇ ਵਾਰਸ ਨੇ, ਅਸੀਂ ਕਦਾ ਚਿੱਤ ਵੀ ਇਹਨੂੰ ਕਮਜ਼ੋਰ ਨਹੀਂ ਹੋਣ ਦੇਵਾਂਗੇ। ਡੱਟ ਕੇ ਲੜਾਂਗੇ, ਡੱਟ ਕੇ ਫੜਾਂਗੇ। ਭਾਵੇਂ ਅੱਜ ਸਰਕਾਰਾਂ ਦੀ ਅੱਜ ਕੇਂਦਰੀ ਹਕੂਮਤਾਂ ਦੀ ਸਰਕਾਰੀ ਏਜੰਸੀਆਂ ਦੀ ਅੱਜ ਸ਼ਕਤੀ ਲੱਗੀ ਪਈ ਹੈ ਇਹ ਪੰਥ ਤੇ ਪੰਜਾਬ ਨੂੰ ਕਿਵੇਂ ਕਮਜ਼ੋਰ ਕਰਨਾ। ਬੈਠੋ ਬੀਬੀ ਜੀ, ਬਹੁਤ ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ। ਪੰਥ ਤੇ ਪੰਜਾਬ ਨੂੰ ਕਿਵੇਂ ਕਮਜ਼ੋਰ ਕਰਨਾ ਹੈ, ਭਾਵੇਂ ਇਹ ਸ਼ਕਤੀਆਂ ਜਿਹੜੀਆਂ ਨੇ ਬੜੇ ਲੰਬੇ ਸਮੇਂ ਤੋਂ ਆਪਣੀਆਂ ਕੋਸ਼ਿਸ਼ਾਂ 'ਚ ਲੱਗੀਆਂ ਹੋਈਆਂ ਨੇ, ਪਰ ਸਾਡੇ ਪੰਥ ਨੇ, ਪੰਜਾਬੀਆਂ ਨੇ ਉਹਨਾਂ ਦੇ ਹਰੇਕ ਮਨਸੂਬੇ ਨੂੰ ਹਮੇਸ਼ਾ ਫੇਲ ਕੀਤਾ। ਪਰ ਅੱਜ ਭੌਂ ਕੇ ਫਿਰ ਮਾਹੌਲ ਅਜਿਹਾ ਸਿਰਜਿਆ ਜਾ ਰਿਹਾ ਹੈ ਜਿਹਦੇ ਨਾਲ ਸਿੱਖਾਂ ਦੀ ਸ਼ਕਤੀ ਨੂੰ, ਪੰਜਾਬੀਆਂ ਦੀ ਸ਼ਕਤੀ ਨੂੰ ਖੋਰਾ ਲੱਗੇ ਤੇ ਪੰਥ ਤੇ ਪੰਜਾਬ ਵਿਰੋਧੀ ਸ਼ਕਤੀਆਂ ਦੀਆਂ ਇੱਛਾਵਾਂ ਪੂਰੀਆਂ ਹੋਣ। ਬੜੇ ਦੁੱਖ ਦੀ ਗੱਲ ਹੈ,